आए दिन ही धोखाधड़ी दी खबरां सामने आउंदियां रहिंदियां ने। धोखाधड़ी करन वाले व्यक्ति नवीं नवीं स्कीमां करते ने। जी हाँ, एक हैरान करन देन वाला मामला भी जो है पंजाबी म्यूजिक इंडस्ट्री तो सामने आया। यह मामला गिप्पी गरेवाल दे प्रोडक्शन हाउस हंबल मोशन पिक्चर्स दे नाल जुड़िया होया। दस दिए कि कुछ शरारती अंसर गिप्पी गरेवाल दी कंपनी दे नाम उत्ते ठगी कर रहे ने। इस दी जानकारी खुद हंबल म्यूजिक दे इंस्टाग्राम पेज तो सांझी की गई। पंजाबी गायक गिप्पी गरेवाल दी हंबल मोशन पिक्चर्स ने बीते दिन उसके प्रोडक्शन हाउस के नाते की जा रही धोखाधड़ी का पर्दाफाश किया। प्रोडक्शन हाउस ने सोशल मीडिया से जाके स्पष्टीकरण जारी ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਵੱਲੋਂ ਮਿਲ ਕੇ ਇਸ ਫਿਲਮ ਨੂੰ ਲਿਖਿਆ ਗਿਆ। ਇਸ ਮੇਲ 'ਚ ਅੱਗੇ ਲਿਖਿਆ ਗਿਆ, ਪ੍ਰੋਜੈਕਟ ਦੀਆਂ ਵੱਖ-ਵੱਖ ਤਰੀਕਾਂ ਲਿਖੀਆਂ ਗਈਆਂ ਨੇ। ਕਿਸੇ ਨੂੰ 28 ਮਾਰਚ 2022, ਕਿਸੇ ਨੂੰ 4 ਅਪ੍ਰੈਲ, ਕਿਸੇ ਨੂੰ 8 ਅਪ੍ਰੈਲ ਕਰਕੇ ਲਿਖਿਆ ਹੋਇਆ। ਸ਼ੂਟ ਦੇ ਸ਼ੁਰੂ ਹੋਣ ਦੀਆਂ ਤਰੀਕਾਂ ਦੱਸੀਆਂ ਗਈਆਂ। ਇਸ ਤੋਂ ਇਲਾਵਾ ਸ਼ੂਟ ਲੋਕੇਸ਼ਨਸ ਚੰਡੀਗੜ੍ਹ, ਮੋਹਾਲੀ, ਦਿੱਲੀ, ਜਾਕੁਲਬਾੜੀ, ਗੁਹਾਟੀ, ਅਸਾਮ, ਗੁਹਾਟੀ ਯੂਨੀਵਰਸਿਟੀ ਤੋਂ ਇਲਾਵਾ ਕਈ ਹੋਰ ਥਾਵਾਂ ਵੀ ਦੱਸੀਆਂ ਗਈਆਂ। ਇਸ ਈਮੇਲ 'ਚ ਇਹ ਵੀ ਦੱਸਿਆ ਗਿਆ ਕਿ ਸਾਨੂੰ ਤੁਹਾਡੀ ਪ੍ਰੋਫਾਈਲ ਮਿਸਟਰ ਅਰਮਾਨ ਖਾਨ ਦੀ ਸਿਫਾਰਿਸ਼ ਦੇ ਨਾਲ ਮਿਲੀ ਹੈ। ਤੁਸੀਂ ਇੱਕ ਕਲਾਕਾਰ ਦੇ ਤੌਰ 'ਤੇ ਪੰਜਾਬੀ ਫਿਲਮ ਪ੍ਰੋਜੈਕਟ ਵਿੱਚ ਇਨਵਾਈਟਿਡ ਹੋ ਅਤੇ ਮੁੱਖ ਅਦਾਕਾਰ ਦੇ ਨਾਲ ਅੱਗੇ ਵਧੋ, ਜਿਸ ਦੀ ਸ਼ੂਟਿੰਗ ਵਾਈਕੌਮ 18 ਸਟੂਡੀਓਜ਼ ਦੇ ਲਈ ਕੀਤੀ ਜਾਵੇਗੀ। ਇਸ ਮੇਲ 'ਚ ਦਿੱਤੀ ਜਾਣ ਵਾਲੀ ਪੇਮੈਂਟ ਬਾਰੇ ਵੀ ਦੱਸਿਆ ਗਿਆ। ਇਸ ਵਿੱਚ ਲਿਖਿਆ ਗਿਆ ਕਿ ਤੁਹਾਨੂੰ ਸਾਰੇ ਪ੍ਰੋਜੈਕਟ ਤਨਖਾਹ 'ਤੇ ਆਧਾਰਿਤ ਮਿਲਣਗੇ। 85,000 ਪ੍ਰਤੀ ਦਿਨ ਮਿਲੇਗਾ। ਟਰੈਵਲ ਪਾਰਟਨਰ ਸਪਾਈਸ ਜੈੱਟ ਏਅਰਵੇਜ਼ ਵੱਲੋਂ ਯਾਤਰਾ ਕਰੋ। ਇਸ ਤੋਂ ਬਾਅਦ ਮੇਲ ਦੇ ਅੰਤ ਵਿੱਚ ਕੁਝ ਰਕਮ ਸਿਕਿਉਰਿਟੀ ਨਾਮ 'ਤੇ ਮੰਗੀ ਵੀ ਗਈ ਹੈ। ਜੀ ਹਾਂ, ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੇਲਾਂ ਉੱਪਰ ਸਪਸ਼ਟੀਕਰਨ ਜਾਰੀ ਕਰਦੇ ਹੋਏ ਗਿੱਪੀ ਗਰੇਵਾਲ ਦੀ ਹੰਬਲ ਮੋਸ਼ਨ ਮਿਊਜ਼ਿਕ ਨੇ ਕਿਹਾ ਕਿ ਇਹ ਸਭ ਤੇ ਧਿਆਨ ਵਿੱਚ ਲਿਆਉਣ ਦੇ ਲਈ ਹੈ। ਅਸੀਂ ਹੰਬਲ ਮੋਸ਼ਨ ਪਿਕਚਰਸ, ਅਸੀਂ ਕਿਸੇ ਵੀ ਕਿਸਮ ਦੀ ਕਾਸਟਿੰਗ ਨਹੀਂ ਕਰਦੇ ਜਿਸ ਵਿੱਚ ਮਨੀ ਲਾਂਡਰਿੰਗ ਸ਼ਾਮਿਲ ਹੋਵੇ, ਕਿਉਂਕਿ ਵੀ ਟਰੂਲੀ ਬਿਲੀਵ ਦੈਟ ਟੈਲੈਂਟ ਹੈਜ਼ ਇਟਸ ਵਿੰਗਸ ਟੂ ਫਲਾਈ ਐਜ਼ ਹਾਈ। ਹੰਬਲ ਮਿਊਜ਼ਿਕ ਨੇ ਅੱਗੇ ਲਿਖਿਆ, ਨਾ ਹੀ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਇਸ ਤਰ੍ਹਾਂ ਦਾ ਕੰਮ ਸਾਡੇ ਦੁਆਰਾ ਨਹੀਂ ਕੀਤਾ ਗਿਆ। ਤੀਜੇ ਧਿਰ ਕਦੇ ਵੀ ਸਾਡੀ ਕਾਸਟਿੰਗ ਵਿੱਚ ਸ਼ਾਮਿਲ ਨਹੀਂ ਹੁੰਦੀ। ਕਾਸਟਿੰਗ ਕਾਲ ਦੀ ਘੋਸ਼ਣਾ ਸਿਰਫ ਸਾਡੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੋਂ ਹੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਫਰਜ਼ੀ ਨੰਬਰ 'ਤੇ ਈਮੇਲ ਵੀ ਸਾਂਝਾ ਕੀਤਾ।